ਪੰਜਾਬ ਦੀਆਂ 4 ਜ਼ਿਮਨੀ ਚੋਣਾਂ ਦੇ ਵਿੱਚ ਨਤੀਜੇ 8 ਵਜੇ ਤੋਂ ਸ਼ੁਰੂ ਹੋਣ ਜਾ ਰਹੇ ਨੇ। ਇਹਨਾਂ ਹਲਕਿਆਂ 'ਚ ਜਲਾਲਾਬਾਦ, ਦਾਖਾ, ਮੁਕੇਰੀਆਂ, ਫਗਵਾੜਾ ਸ਼ਾਮਲ ਨੇ। ਸਖ਼ਤ ਸੁਰੱਖਿਆ ਦੇ ਪੈਰੇ ਹੇਠ ਇਹਨਾਂ ਚੋਣਾਂ ਦੀ ਗਿਣਤੀ ਸ਼ੁਰੂ ਹੋਣ ਜਾ ਰਹੀ ਹੈ। ਇਹਨਾਂ ਚੋਣਾਂ 'ਚ ਕਾਂਗਰਸ ਅਤੇ ਅਕਾਲੀ ਦਲ ਬੀਜੇਪੀ 'ਚ ਫਸਵਾਂ ਮੁਕਾਬਲਾ ਦੇਖਿਆ ਜਾ ਰਿਹਾ। ਤੁਸੀਂ ਗਲੋਬਲ ਪੰਜਾਬ ਟੀਵੀ 'ਤੇ ਮੁਕੇਰੀਆਂ ਹਲਕੇ ਦੀਆਂ ਸਭ ਤੋਂ ਪਹਿਲਾਂ ਵੋਟਿੰਗ ਗਿਣਤੀ ਦੀਆਂ ਤਸਵੀਰਾਂ ਦੇਖ ਰਹੇ ਹੋ। ਇਸ ਮੌਕੇ 'ਤੇ ਗਲੋਬਲ ਪੰਜਾਬ ਟੀਵੀ ਦੇ ਪੱਤਰਕਾਰ ਅਮਰੀਕ ਕੁਮਾਰ ਨੇ ਮੌਕੇ ਦੇ ਹਾਲਾਤਾਂ ਦਾ ਜਾਇਜ਼ਾ ਲਿਆ। ਅਸੀਂ ਇਸ ਵਕਤ ਖੜ੍ਹੇ ਹਾਂ ਸਵਾਮੀ ਪਰਮਾਨੰਦ ਮਹਾਵਿਦਿਆਲਿਆ ਮੁਕੇਰੀਆਂ। ਤੁਸੀਂ ਦੇਖ ਸਕਦੇ ਹਾਂ ਕਾਊਂਟਿੰਗ ਦਾ ਟਾਈਮ ਸ਼ੁਰੂ ਹੋ ਚੁੱਕਾ ਹੈ। ਪੁਲਿਸ ਫੋਰਸ ਵੱਲੋਂ ਪੂਰੀ ਮੁਸਤੈਦੀ ਦਿਖਾਈ ਜਾ ਰਹੀ ਆ। ਪੂਰੀ ਪੁਲਿਸ ਫੋਰਸ ਪੂਰੇ ਆਪਣੇ ਤਨਦੇਹੀ ਦੇ ਨਾਲ ਡਿਊਟੀ ਨਿਭਾ ਰਹੀ ਆ। ਹੁਣ ਤੋਂ ਕੁਛ ਹੀ ਸਮਾਂ ਬਾਅਦ ਬਸ ਕਾਊਂਟਿੰਗ ਸ਼ੁਰੂ ਹੋ ਜਾਵੇਗੀ, ਜਿੱਥੇ ਕਿ 6 ਉਮੀਦਵਾਰਾਂ ਦੀ ਕਿਸਮਤ ਦਾ ਫੈਸਲਾ ਹੋਵੇਗਾ। 6 ਉਮੀਦਵਾਰ ਦੀ ਕਿਸਮਤ ਦਾ ਫੈਸਲਾ ਹੋਵੇਗਾ ਤਾਂ ਹੁਣ ਦੇਖਣ ਵਾਲੀ ਗੱਲ ਹੋਵੇਗੀ ਕਿ ਲੋਕ ਕਿਸ ਨੂੰ ਜਿਤਾ ਕੇ ਅਤੇ ਭੇਜਦੇ ਨੇ ਅਤੇ ਕੌਣ ਉਹਨਾਂ ਦੇ ਮਸਲਿਆਂ 'ਤੇ ਖਰਾ ਉਤਰਦਾ ਹੈ। ਕੈਮਰਾਮੈਨ ਗੁਰਦੀਪ ਦੇ ਨਾਲ ਅਮਰੀਕ ਕੁਮਾਰ, ਗਲੋਬਲ ਪੰਜਾਬ, ਮੁਕੇਰੀਆਂ।